ਤੇ ਉੱਥੇ ਮੌਕੇ ਤੇ ਜਾ ਕੇ ਆਪਣੇ SHO ਇੰਸਪੈਕਟਰ ਕਰਨੈਲ ਸਿੰਘ, ASI ਮਹਿੰਦਰਪਾਲ ਸਿੰਘ ਸਾਰਿਆਂ ਨੇ ਬਹੁਤ ਸਾਰਿਆਂ ਨੂੰ ਬਾਡੀ ਨੂੰ ਆਪਣੇ ਕਬਜ਼ੇ 'ਚ ਲਿਆ ਤੇ ਉਸ ਤੋਂ ਬਾਅਦ ਬਾਡੀ ਨੂੰ ਵੇਖ ਕੇ ਇਹ ਗੱਲ ਬਿਲਕੁਲ ਕਲੀਅਰ ਸੀਗੀ ਕਿ ਬਾਡੀ ਦੇ ਉੱਤੇ ਸੈਕਸ਼ੂਅਲ ਅਸੋਲਟ ਵੀ ਹੋਇਆ ਸੀ ਔਰ ਚਿਹਰੇ ਤੇ ਵੀ ਬਲੰਟ ਇੰਜਰੀਜ਼ ਕਾਫੀ ਸੀਗੀ ਔਰ ਉਸ ਬੰਦ ਜਿਹੜੀ ਉਹ ਬੱਚੀ ਸੀ ਕਿ ਉਸਦਾ ਗਲਾ ਘੋਟ ਕੇ ਮਰਡਰ ਕੀਤਾ ਗਿਆ ਸੀ। ਤੇ ਜਿਹੜੀ ਅੱਗੇ ਇਨਵੈਸਟੀਗੇਸ਼ਨ ਕੀਤੀ ਗਈ ਹੈ ਤਾਂ ਇਨਵੈਸਟੀਗੇਸ਼ਨ ਤੋਂ ਇਹ ਗੱਲ ਪਤਾ ਚੱਲੀ ਹੈ ਕਿ ਬੇਸਿਕਲੀ ਦੋ ਬੰਦੇ ਸੀਗੇ, ਦੋ ਦੋਸ਼ੀ ਜਿਹੜੇ ਦੋਨੋਂ ਪੁਲਿਸ ਨੇ ਫੜ ਲਈ ਹੈ ਤੇ ਸਭ ਤੋਂ ਪਹਿਲੇ ਦਾ ਨਾਮ ਹੈਗਾ ਵਿਨੋਦ ਕੁਮਾਰ ਸ਼ਾਹ ਤੇ ਦੂਜਾ ਹੈਗਾ ਰੋਹਿਤ ਕੁਮਾਰ। ਵਿਨੋਦ ਕੁਮਾਰ ਸ਼ਾਹ ਦੀ ਉਮਰ ਹੈ ਤਕਰੀਬਨ 21 ਸਾਲ ਦੀ, ਰੋਹਿਤ ਕੁਮਾਰ ਦੀ 18 ਤੋਂ 19 ਸਾਲ ਦੀ ਹੈ। ਇਹ ਦੋਨੋਂ ਲੱਕੜ ਮੰਡੀ ਜਿਹੜਾ ਦੁਰਾਹੇ ਦਾ ਪੈਂਦਾ ਉੱਥੇ ਦੇ ਹੀ ਰਹਿਣ ਵਾਲੇ ਆ, ਲੜਕੀ ਵੀ ਲੱਕੜ ਮੰਡੀ ਦੀ ਹੈਗੀ ਹੈ। ਜਿਹੜਾ ਵਿਨੋਦ ਕੁਮਾਰ ਸ਼ਾਹ ਹੈਗਾ ਇਨਫੈਕਟ ਇਹ ਲੜਕੀ ਦਾ ਅੰਕਲ ਲੱਗਦਾ ਤੇ 5 ਵਜੇ ਦੇ ਕਰੀਬ ਜਿਵੇਂ ਟੋਫੀ ਵਗੈਰਾ ਹੁੰਦਾ ਉਸਦਾ ਲਾਲਚ ਦਿੰਦੇ ਹੋਏ ਉਹ ਲੜਕੀ ਨੂੰ ਆਪਣੇ ਨਾਲ ਲੈ ਗਏ ਔਰ ਲੜਕੀ ਨੂੰ ਆਪਣੇ ਨਾਲ ਬਾਹਰ ਲੈ ਗਏ ਔਰ ਉਸ ਤੋਂ ਬਾਅਦ ਇਹਨਾਂ ਨੇ ਖੁਦ ਵੀ ਥੋੜ੍ਹੀ ਸ਼ਰਾਬ ਵਗੈਰਾ ਪੀਤੀ ਹੋਈ ਸੀ ਔਰ ਲੜਕੀ ਦਾ ਜਿਹੜਾ ਫਾਦਰ ਸੀਗਾ ਉਸਨੂੰ ਵੀ ਸ਼ਰਾਬ ਵਗੈਰਾ ਪਿਲਾਤੀ ਸੀ ਤਾਂ ਕਿ ਉਹ ਨਸ਼ੇ ਦੀ ਹਾਲਤ ਦੇ ਵਿੱਚ ਹੋ ਜਾਏ। ਤੇ ਉਸ ਤੋਂ ਬਾਅਦ ਇਹਨਾਂ ਨੇ ਤਕਰੀਬਨ 8 ਵਜੇ ਦੇ ਕਰੀਬ ASI ਮਹਿੰਦਰਪਾਲ ਦੁਰਾਹ ਪੁਲਿਸ ਸਟੇਸ਼ਨ ਤੋਂ ਉਹਨਾਂ ਨੂੰ ਰਿਪੋਰਟ ਆਈ ਸੀ ਕਿ ਇੱਕ ਤਕਰੀਬਨ 6 ਤੋਂ 7 ਸਾਲ ਦੇ ਉਮਰ ਦੀ ਬੱਚੀ ਦੀ ਡੈੱਡ ਬਾਡੀ ਜਿਹੜੀ ਹੈ ਉਹ ਆਪਣੇ ਗੋਦਾਮ ਜਿਹੜਾ ਹੈਗਾ ਦੁਰਾਹੇ ਦਾ ਉੱਥੇ ਰੇਲਵੇ ਫਾਟਕਾ ਦੇ ਨਾਲ ਉੱਥੇ ਉਹ ਪਈ ਵੀ ਹੈ। ਤੇ ਮੌਕੇ ਤੇ SHO ਦੁਰਾਹਾ ਇੰਸਪੈਕਟਰ ਕਰਨੈਲ ਸਿੰਘ, ASI ਮਹਿੰਦਰਪਾਲ ਉੱਥੇ ਗਏ ਤੇ ਜਾ ਕਰਕੇ ਇਹ ਵੇਖਿਆ ਗਿਆ ਕਿ ਬਾਡੀ ਦੇ ਉੱਤੇ ਕਾਫੀ ਸੈਕਸ਼ੂਅਲ ਅਸੋਲਟ ਕੀਤਾ ਹੋਇਆ ਸੀ। ਉਸ ਤੋਂ ਇਲਾਵਾ ਉਸਦੇ ਚਿਹਰੇ 'ਤੇ ਵੀ ਬਲੰਟ ਟਰੋਮਾ ਇੰਜਰੀ ਸੀਗੀ ਔਰ ਬਾਡੀ ਨੂੰ ਸਟਰੈਂਗੂਲੇਟ ਕੀਤਾ ਹੋਇਆ ਸੀ, ਘੋਟ ਕੇ ਉਹਦਾ ਉਹਦਾ ਮਰਡਰ ਕੀਤਾ ਹੋਇਆ ਸੀ। ਅਤੇ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੋਈ ਹੈ ਉਸ ਤੋਂ ਇਹ ਪਤਾ ਚੱਲਿਆ ਹੈ ਕਿ ਦੋ ਦੋਸ਼ੀ ਸੀਗੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ, ਜਿਹੜੇ ਦੋਨੋਂ ਇਸ ਵੇਲੇ ਪੁਲਿਸ ਦੇ ਹਿਰਾਸਤ 'ਚ ਹੈ। ਤਾਂ ਪਹਿਲੇ ਦੋਸ਼ੀ ਦਾ ਨਾਮ ਹੈ ਵਿਨੋਦ ਕੁਮਾਰ ਸ਼ਾਹ ਅਤੇ ਦੂਜੇ ਦਾ ਨਾਮ ਹੈ ਰੋਹਿਤ ਕੁਮਾਰ। ਵਿਨੋਦ ਕੁਮਾਰ ਦੀ ਉਮਰ ਤਕਰੀਬਨ 21 ਸਾਲ ਦੀ ਹੈ, ਰੋਹਿਤ ਕੁਮਾਰ ਦੀ ਉਮਰ ਤਕਰੀਬਨ 18-19 ਸਾਲ ਦੀ ਹੈ। ਤਾਂ ਇਹ ਵਿਨੋਦ ਕੁਮਾਰ ਜਿਹੜਾ ਹੈਗਾ ਇਹ ਬੇਸਿਕਲੀ ਲੜਕੀ ਦਾ ਅੰਕਲ ਲੱਗਦਾ ਔਰ ਇਹ ਦੋਨੋਂ ਦੋਸ਼ੀ ਲੱਕੜ ਮੰਡੀ ਦੁਰਾਹੇ ਦੇ ਰਹਿਣ ਵਾਲੇ ਔਰ ਲੜਕੀ ਦਾ ਵੀ ਪਰਿਵਾਰ ਲੱਕੜ ਮੰਡੀ 'ਚ ਰਹਿਣ ਵਾਲਾ ਹੈ, ਇਹ ਤਕਰੀਬਨ ਸਾਰੇ ਨੇੜੇ ਨੇੜੇ ਗੁਆਂਢੀ ਸੀਗੇ। ਅਤੇ ਵਿਨੋਦ ਕੁਮਾਰ ਨੇ 9 ਤਾਰੀਖ ਨੂੰ ਸ਼ਾਮ ਨੂੰ ਤਕਰੀਬਨ 4-5 ਵਜੇ ਦੇ ਕਰੀਬ ਲੜਕੀ ਨੂੰ ਟੋਫੀ ਦਾ ਲਾਲਚ ਦਿੰਦੇ ਹੋਏ ਬਾਹਰ ਮਾਰਕੀਟ 'ਚੋਂ ਲੈ ਲਿਆ। ਮਾਰਕੀਟ 'ਚ ਲਿਜਾ ਕਰਕੇ ਇੱਕ ਸੈਕਲੂਡਡ ਏਰੀਆ 'ਚ ਲਿਜਾ ਕਰਕੇ ਦੋਨੋਂ ਦੋਸ਼ੀਆਂ ਨੇ ਪਹਿਲੇ ਤਾਂ ਲੜਕੀ ਦਾ ਗੈਂਗਰੇਪ ਕੀਤਾ ਔਰ ਲੜਕੀ ਦਾ ਰੇਪ ਕਰਕੇ ਉਸ ਤੋਂ ਬਾਅਦ ਉਸਦੇ ਸਿਰ 'ਤੇ ਇੱਟ ਵੀ ਮਾਰੀ ਔਰ ਉਸਦਾ ਗਲਾ ਘੋਟ ਕੇ ਇਸ ਵਾਰਦਾਤ ਤੋਂ ਅੰਜਾਮ ਦਿੱਤਾ। ਅਤੇ ਨਾਲ ਹੀ ਰੇਪ ਕਰਕੇ ਇੱਕ ਮਾਈਨਰ ਗਰਲ ਦੇ ਨਾਲ ਰੇਪ ਔਰ ਮਰਡਰ ਦੋਨੋਂ ਚੀਜ਼ਾਂ ਨੂੰ ਕਰਕੇ ਉੱਥੇ ਬਾਡੀ ਨੂੰ ਛੱਡ ਕੇ ਉਹ ਭੱਜ ਗਏ। ਉਸ ਤੋਂ ਇਲਾਵਾ ਇਹਨਾਂ ਦੋਨਾਂ ਨੇ ਖੁਦ ਵੀ ਸ਼ਾਇਦ ਕੋਈ ਨਸ਼ਾ ਕੀਤਾ ਹੋਇਆ ਸੀ ਔਰ ਜਿਹੜੇ ਲੜਕੀ ਦੇ ਫਾਦਰ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਸ਼ਰਾਬ ਸ਼ਰੂਬ ਪਿਲਾਤੀ ਸੀ। ਇਹ ਦੋਨੋਂ ਜਿਹੜੇ ਹੈਗੇ ਇਹ ਮਤਲਬ ਉੱਦਾਂ ਇਹ ਬਿਹਾਰ 'ਤੇ ਹੈਗੇ ਬਿਹਾਰੀ ਨਿਵਾਸੀ ਹੈ, ਇਸ ਵੇਲੇ ਇੱਥੇ ਇਹ ਦੁਰਾਹੇ ਦੇ ਵਿੱਚ ਰਹਿ ਰਹੇ ਹੈ ਔਰ ਇਸ ਕੇਸ ਦੇ ਵਿੱਚ ਪੁਲਿਸ ਨੇ ਜਿਹੜੀ ਹੈ ਮਤਲਬ ਦੋਨੋਂ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਹੈ ਔਰ ਲੜਕੀ ਦੀ ਵੀ ਬਾਡੀ ਨੂੰ ਰਿਕਵਰ ਕਰਕੇ ਅੱਗੇ ਪੋਸਟਮਾਰਟਮ ਵਾਸਤੇ ਔਰ ਜਿਹੜੀ ਫਰਦਰ ਮੈਡੀਕਲ ਇਨਵੈਸਟੀਗੇਸ਼ਨ ਹੈ, ਫੋਰੈਂਸਿਕ ਇਨਵੈਸਟੀਗੇਸ਼ਨ ਹੈ, ਟੈਕਨੀਕਲ ਐਗਜ਼ਾਮੀਨੇਸ਼ਨ ਹੈ ਔਰ ਜਿਹੜਾ ਆਪਣਾ ਲੀਗਲ ਇਨਵੈਸਟੀਗੇਸ਼ਨ ਹੈ ਉਹ ਸਾਰੀ ਆਪਣੀ ਕਾਰਵਾਈ ਸ਼ੁਰੂ ਕਰ ਲਈ ਹੈ ਔਰ ਇਸ ਕੇਸ ਨੂੰ ਇੱਕ ਲੇਡੀ ASI ਜਿਹੜੀ ਹੈ ਉਹ ਪਰਸਨਲੀ ਸੁਪਰਵਾਈਜ਼ ਕਰ ਰਹੀ ਹੈ ਔਰ ਉਸ ਤੋਂ ਇਲਾਵਾ ਆਪਣੇ SHO ਪਾਇਲ ਔਰ SHO ਦੁਰਾਹਾ ਔਰ DSP ਪਾਇਲ ਵੀ ਔਰ ਮੈਂ ਪਰਸਨਲੀ ਵੀ ਅਸੀਂ ਸਾਰੇ ਇਸ ਨੂੰ ਇਨਸ਼ੋਰ ਕਰ ਰਹੇ ਹਾਂ ਕਿ ਜਿੰਨੇ ਵੀ ਕਾਨੂੰਨੀ ਪ੍ਰੋਵਿਸ਼ਨਸ ਹੈ ਉਹਨਾਂ ਦੀ ਸਖ਼ਤ ਤੋਂ ਸਖ਼ਤ ਮਤਲਬ ਪਾਲਣਾ ਕਰਵਾਈ ਜਾਵੇ। ਔਰ ਜਿਹੜੀ ਇਹ ਪੂਰੀ ਵਾਰਦਾਤ ਹੋਈ ਹੈ ਇਸ ਸੰਬੰਧੀ ਪਰਚਾ ਦਰਜ ਕੀਤਾ ਗਿਆ ਦੁਰਾਹੇ ਥਾਣੇ ਦੇ ਵਿੱਚ ਅੰਡਰ ਸੈਕਸ਼ਨ 302 IPC 376A IPC 376A ਐਗਰੇਵੇਟਿਡ ਰੇਪ ਹੁੰਦਾ ਹੈ
ਅਤੇ ਉਸ ਤੋਂ ਇਲਾਵਾ 363A IPC ਕਿਡਨੈਪਿੰਗ, ਅਤੇ ਉਸ ਤੋਂ ਇਲਾਵਾ ਸੈਕਸ਼ਨ 348 ਪ੍ਰੀਵੈਂਸ਼ਨ ਆਫ ਚਿਲਡਰਨ ਫਰੋਮ ਸੈਕਸ਼ੁਅਲ ਓਫੈਂਸਿਸ ਐਕਟ, ਕਿਉਂਕਿ ਇਹ ਮਾਈਨਰ ਲੜਕੀ ਸੀ। ਸਰ ਇਹ ਜਿਹੜਾ ਮਾਮਲਾ ਹੈ ਵਿਮੈਨ ਡੇ ਵਾਲੇ ਦਿਨ ਦਾ ਹੈ ਮਾਮਲਾ? ਇਹ ਜੀ ਵੈਰੀਫਾਈ ਕਰਨਾ ਪੈਣਾ, ਇਹ ਮਾਮਲਾ 9 ਤਾਰੀਖ ਦਾ ਹੈ, 9 ਮਾਰਚ। ਠੀਕ ਹੈ, ਅਤੇ ਇਹਨਾਂ 'ਤੇ ਕੋਈ ਹੋਰ ਪਹਿਲਾਂ ਵੀ ਅਫੈਂਸ ਦੇ ਕੋਈ ਮਾਮਲੇ ਕੋਈ ਦਰਜ ਹੈ? ਨਹੀਂ, ਇਹੋ ਜਿਹਾ ਕੋਈ ਮਾਮਲਾ ਨਹੀਂ ਹੈ, ਕੋਈ ਇੱਦਾਂ ਦਾ ਕੋਈ ਓਫੈਂਸ ਤਾਂ ਨਹੀਂ ਹੈ, ਕੋਈ ਮਾਮਲਾ ਇਹਨਾਂ ਦਾ ਹੁਣ ਤੱਕ ਕੋਈ ਸਾਹਮਣੇ ਨਹੀਂ ਹੈ। ਬਟ ਇਹਦੇ ਵਿੱਚ ਮਤਲਬ ਕਿ ਪੁਲਿਸ ਜਿਹੜੀ ਹੈ ਪੂਰੀ ਸਖਤ ਕਾਨੂੰਨੀ ਕਾਰਵਾਈ ਰੱਖੂਗੀ, ਔਰ ਜਿਹੜੀ ਵੀ ਲੀਗਲ ਪ੍ਰੋਸੀਜਰਸ ਹੈ, ਟੈਕਨੀਕਲ ਐਗਜ਼ਾਮੀਨੇਸ਼ਨ ਹੈ, ਫੋਰੈਂਸਿਕ ਐਗਜ਼ਾਮੀਨੇਸ਼ਨ ਹੈ, ਸਾਰਾ ਪੁਲਿਸ ਕਰੂਗੀ। ਔਰ ਇਹਦੇ ਵਿੱਚ SHO ਦੁਰਾਹਾ ਨੇ ਵਿਸ਼ੇਸ਼ ਤੌਰ 'ਤੇ ਇਸ ਵਾਰਦਾਤ 'ਤੇ ਤਕਰੀਬਨ 24 ਘੰਟੇ ਦੇ ਅੰਦਰ ਅੰਦਰ ਹੀ ਦੋਨੋਂ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ।